ਦੇਖੋ ਜੀ, ਜਿਹੜੇ ਹੁਣ ਲੋਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਾੜਾ ਬੋਲਦੇ ਨੇ, ਉਹ ਤਾਂ ਬਹੁਤ ਗਲਤ ਬੋਲਦੇ ਨੇ। ਉਹਨਾਂ ਨੇ ਆਪਾਂ ਨੂੰ ਰਾਤੀ ਇੱਥੇ ਸਿੱਖਿਆ ਦਿੱਤੀ। ਆਪਾਂ ਸਵੇਰੇ ਸੋਚਿਆ ਕਿ ਆਪਾਂ ਅੰਮ੍ਰਿਤਪਾਨ ਕਰ ਲੈਣਾ ਹੈ। ਭਾਈ ਅੰਮ੍ਰਿਤਪਾਲ ਸਿੰਘ, ਤੁਹਾਨੂੰ ਪਤਾ ਬੀਤੇ ਦਿਨ ਉਹਨਾਂ ਨੇ ਆਖਿਆ ਸੀ ਕਿ ਇੱਥੇ ਹੁਣ ਸਿਰ ਦੇਣੇ ਪੈਣੇ। ਅਸੀਂ ਤਾਂ ਹੁਣ ਸਿਰ ਕਟਵਾਉਣ ਨੂੰ ਤਿਆਰ ਹਾਂ ਜੀ। ਸਾਡੇ ਨਾਲ ਇੱਥੇ ਅਨਮੋਲਦੀਪ ਸਿੰਘ ਜੀ ਨੇ, ਜਿਨ੍ਹਾਂ ਨੇ ਅੱਜ ਹੀ ਅੰਮ੍ਰਿਤਪਾਨ ਕੀਤਾ ਹੈ ਅਤੇ ਉਹ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਜਿਹੜੇ ਹੁਣ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਾੜਾ ਬੋਲਦੇ ਨੇ, ਉਹ ਤਾਂ ਬਹੁਤ ਗਲਤ ਬੋਲਦੇ ਨੇ। ਵੇਖੋ ਜੀ, ਹੁਣ ਉਹਨਾਂ ਨੇ ਆਪਾਂ ਨੂੰ ਰਾਤੀ ਇੱਥੇ ਸਿੱਖਿਆ ਦਿੱਤੀ। ਆਪਾਂ ਸਵੇਰੇ ਸੋਚਿਆ ਕਿ ਆਪਾਂ ਅੰਮ੍ਰਿਤਪਾਨ ਕਰ ਲੈਣਾ ਹੈ। ਵੇਖੋ ਜੀ, ਹੁਣ ਆਪਾਂ ਨੂੰ ਸ਼੍ਰੀ ਸਾਹਿਬ ਵੀ ਮਤਲਬ ਦਿੱਤੇ, ਸਾਰੇ ਪੰਜ ਕੰਕਾਰ ਪੂਰੇ ਕੀਤੇ, ਮਹਾਰਾਜ ਵਾਲੇ ਬੰਨੇ ਜੋੜਿਆ ਜੀ, ਅਤੇ ਜੋ ਲੋਕ ਉਹਨਾਂ ਨੂੰ ਗਲਤ ਕਹਿੰਦੇ ਉਹ ਬਹੁਤ ਬੁਰਾ ਕਹਿੰਦੇ ਆ। ਹਾਂਜੀ ਵਾਹਿਗੁਰੂ। ਤੁਹਾਨੂੰ ਪਤਾ ਅੰਮ੍ਰਿਤਪਾਲ ਸਿੰਘ ਜੀ ਨੂੰ ਕੀ ਗੱਲਾਂ ਆਖੀਆਂ ਜਾ ਰਹੀਆਂ ਨੇ, ਕੀ ਸਰਕਾਰਾਂ ਕਹਿੰਦੀਆਂ? ਬਹੁਤ ਕੁਝ ਕਹਿੰਦੀਆਂ ਅਤੇ ਬਹੁਤ ਗੱਲਾਂ ਨੇ, ਤੁਹਾਨੂੰ ਕੀ ਦੱਸੀਏ। ਹਾਂਜੀ, ਤੁਸੀਂ ਅੰਮ੍ਰਿਤਪਾਨ ਕੀਤਾ, ਤੁਹਾਨੂੰ ਰਾਤ ਹੀ ਚਿਣਕ ਲੱਗੀ, ਰਾਤੀ ਆਇਆ ਕਿ ਮੈਂ ਅੰਮ੍ਰਿਤ ਛਕਣਾ? ਹਾਂਜੀ ਜੀ। ਘਰਦਿਆਂ ਨੂੰ ਪੁੱਛਿਆ ਸੀ? ਹਾਂਜੀ। ਘਰ ਦੇ ਵਿੱਚ ਹੋਰ ਕਿਹਨੇ ਅੰਮ੍ਰਿਤਪਾਨ ਕੀਤਾ ਹੋਇਆ? ਹਾਂਜੀ, ਮੇਰੇ ਪਾਪਾ ਨੇ ਵੀ ਕੀਤਾ ਹੈ। ਹਾਂਜੀ, ਉਹ ਬਾਹਰ ਹੈ। ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਚੱਲੋਗੇ ਜਿੱਦਾਂ ਵੀ ਉਹ ਆਖਣਗੇ? ਹਾਂਜੀ। ਭਾਈ ਅੰਮ੍ਰਿਤਪਾਲ ਸਿੰਘ, ਤੁਹਾਨੂੰ ਪਤਾ ਬੀਤੇ ਦਿਨ ਉਹਨਾਂ ਨੇ ਆਖਿਆ ਸੀ ਕਿ ਇੱਥੇ ਹੁਣ ਸਿਰ ਦੇਣੇ ਪੈਣੇ, ਭਾਵ ਆਪਣੀ ਮੱਤ ਇੱਥੇ ਦਾਨ ਕਰਨੀ ਪੈਣੀ ਹੈ। ਮੱਤ ਦਾਨ ਕਰੋਗੇ? ਹਾਂਜੀ ਜੀ, ਅਸੀਂ ਤਾਂ ਹੁਣ ਸਿਰ ਕਟਵਾਉਣ ਨੂੰ ਤਿਆਰ ਹਾਂ ਜੀ। ਬਹੁਤ ਚੰਗੇ ਵਿਚਾਰ ਨੇ ਤੁਹਾਡੇ, ਤੁਹਾਨੂੰ ਬਹੁਤ ਬਹੁਤ ਵਧਾਈ ਹੈ ਕਿ ਤੁਸੀਂ ਅੰਮ੍ਰਿਤਪਾਨ ਕੀਤਾ। ਅਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਉਹ ਬੱਚਾ ਜਿਹਨੇ ਹੁਣੇ ਹੁਣੇ ਅੰਮ੍ਰਿਤਪਾਨ ਕੀਤਾ ਅਤੇ ਕਹਿੰਦਾ ਉਹ ਸਿਰ ਦੇਣ ਲਈ ਹੁਣੇ ਤਿਆਰ ਹੈ। ਤੁਸੀਂ ਜੁੜੇ ਰਹੋ ਦਾ TV NRI ਦੇ ਨਾਲ। ਬਹੁਤ ਬਹੁਤ ਧੰਨਵਾਦ।